ਪਠਾਨਕੋਟ ਵਿਚ ਪਿਛਲੇ ਦਿਨਾਂ ਤੋਂ ਵੱਖ ਵੱਖ ਥਾਵਾਂ ਤੇ ਸ਼ੱਕੀ ਦੇਖਣ ਦੀਆਂ ਖਬਰਾਂ ਮਿਲ ਰਹੀਆਂ ਨੇ ਤੇ ਹੁਣ ਪਠਾਨਕੋਟ ਪਿੰਡ ਰਮ ਕਾਲਵਾਂ ਦੇ ਵਿਚ ਅੱਧਾ ਦਰਜਨ ਸ਼ੱਕੀ ਦੇਖਣ ਨੂੰ ਮਿਲੇ, ਜਿਸ ਮਗਰੋਂ ਪਿੰਡ ਵਾਲਿਆਂ ਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਸਾਰੇ ਇਲਾਕੇ ਨੂੰ ਕਵਰ ਕਰ ਲਿਆ ਤੇ ਆਲੇ ਦੁਆਲੇ ਛਾਣਬੀਨ ਸ਼ੁਰੂ ਕਰ ਦਿੱਤੀ ਗਈ। ਪਿੰਡ ਵਾਸੀਆਂ ਵੱਲੋਂ ਸ਼ੱਕੀਆਂ ਬਾਰੇ ਜਾਣਕਾਰੀ ਦਿੱਤੀ ਗਈ। ਸਰ, ਗੱਲਬਾਤ ਇਹ ਹੋਈ ਜੀ, ਆਪਾਂ ਰਾਤੀ ਰੋਟੀ ਖਾ ਰਹੇ ਸੀ, ਮੇਰੇ ਘਰ ਆਏ ਸੀ ਗੈਸਟ, ਤੇ ਸਰ ਮੇਰੇ ਘਰ ਦੀ ਨਾ ਬਾਹਰ ਬੈਠੇ ਸੀ ਤੇ ਉਹ ਕਹਿੰਦੇ ਕਿ ਕਿਸੇ ਨੇ ਗੇਟ ਖੋਲਿਆ ਜੀ। ਸਰ ਮੈਂ ਕਿਹਾ ਕੋਈ ਗੱਲ ਨਹੀਂ, ਮੈਂ ਦੇਖਦਾ। ਸਰ ਮੈਂ ਜਾ ਕੇ ਬਾਹਰ ਦੇਖਿਆ ਤੇ ਕੋਈ ਨਹੀਂ, ਤੇ ਸਰ ਆਪਣੇ ਨਾ ਕੋਈ 2-4 ਮਿੰਟ ਬਾਅਦ, 5 ਕੁ ਮਿੰਟ ਬਾਅਦ ਸਾਡੇ ਇੱਥੇ ਮੋੜ ਹੀ ਹੈ, ਨਾਲ ਹੀ ਹੈ ਮੇਰੇ ਘਰ ਦੇ, ਉੱਥੇ ਨਾ ਲਾਈਟ ਜੀ ਜਗੀ ਸੀ। ਸਰ ਮੈਂ ਉੱਥੇ ਫਿਰ ਘੁੰਮ ਕੇ ਆਇਆ, ਦੇਖਿਆ ਅਤੇ ਉੱਥੇ ਕੋਈ ਨਹੀਂ। ਉਸ ਤੋਂ ਬਾਅਦ ਠੀਕ ਸਰ ਅਸੀਂ ਘੁੰਮ ਫਿਰ ਕੇ ਸਾਰੇ ਦੇਖਿਆ ਪਿੰਡ 'ਚ, ਸਰ ਕੋਈ ਨਹੀਂ, ਅਤੇ ਅਸੀਂ ਚੱਲ ਗਏ ਆਪਣੇ ਘਰ ਨੂੰ। ਸਰ ਕੋਈ 12:30 ਦੇ ਕਰੀਬ ਕਰੀਬ ਮੈਂ ਉੱਠਿਆ ਬਾਥਰੂਮ ਕਰਨ, ਅਤੇ ਗੇਟ ਦੇ ਵਿੱਚੋਂ ਨਾ ਮੈਂ ਬੰਦੇ ਜਾਂਦੇ ਦੇਖਿਆ, ਫੌਜੀ ਪੈਂਟ ਪਾਈ ਦੀ ਹੈ, ਮਤਲਬ ਕਿ ਕਾਰਗੋ ਦਾ ਪਜਾਮਾ ਜਿਹਾ ਪਾਏ ਦਾ, ਸਰ 5-6 ਬੰਦੇ ਜੀ। ਉਸ ਤੋਂ ਬਾਅਦ ਇਹ ਹੋਇਆ ਸਰ, ਉਹ ਗਏ ਨਾ ਅਤੇ ਮੈਂ ਪਿੰਡ ਦੇ ਮੁੰਡੇ ਮੁੰਡੇ ਇਕੱਠੇ ਕੀਤੇ ਨਾ, ਤਾਂ ਅਸੀਂ ਗਏ ਹਾਂ ਸਰ, ਸਾਨੂੰ ਫਿਰ ਨਹੀਂ ਲੱਭੇ। ਉਸ ਤੋਂ ਬਾਅਦ ਫਿਰ ਤੁਰ ਕੇ ਅਸੀਂ ਸਰ ਆਪਣੇ ਆਪਣੇ ਘਰ ਚੱਲ ਗਏ ਹਾਂ, ਅਤੇ ਮੇਰੇ ਨਾਲ ਦੇ ਗੁਆਂਢੀ ਕਮਲਾ ਦੇਵੀ ਨੇ ਸਰ ਕੋਈ 2-2:30 ਵਜੇ ਫੋਨ ਕੀਤਾ ਕਿ ਉਹਨੇ ਕਿਹਾ ਕਿ ਮੇਰੇ ਘਰ ਦੇ ਲਾਗੇ ਛੇੜ ਹੁੰਦੀ ਪਈ ਹੈ। ਮੈਂ ਕਿਹਾ ਕੋਈ ਗੱਲ ਨਹੀਂ ਸਰ, ਮੈਂ ਉਸੇ ਵੇਲੇ ਰਾਤ ਨੂੰ ਉੱਠ ਕੇ ਆਪਣੇ ਕੋਠੇ 'ਤੇ ਗਿਆ, ਕੋਠੇ ਤੋਂ ਮੈਂ ਦੇਖਿਆ ਉੱਥੇ ਛੇੜ ਜ਼ਰੂਰ ਹੁੰਦੀ ਵੀ ਸਰ, ਪਰ ਮੈਂ ਇਕੱਲਾ ਹੀ, ਮੈਂ ਥੋੜ੍ਹਾ ਡਰ ਗਿਆ ਜੀ। ਉਸ ਤੋਂ ਬਾਅਦ ਮੈਂ ਫਿਰ ਹੀ ਥੱਲੇ ਉਤਰਿਆ ਕੋਠੇ ਤੋਂ, ਮੈਂ 1-2 ਮੁੰਡੇ ਨੂੰ ਫੋਨ ਕੀਤਾ, ਪਰ ਸਰ ਉਸ ਟਾਈਮ ਮੁੰਡੇ ਇਕੱਠੇ ਨਹੀਂ ਹੋਏ, ਪਰ ਮੇਰਾ ਇਕੱਲੇ ਦਾ ਮਤਲਬ ਕਿ ਹਿੰਮਤ ਨਹੀਂ ਹੋਈ ਅੱਗੇ ਜਾਣ ਦੀ। ਫਿਰ ਸਰ 1-2 ਮੁੰਡਾ ਆਇਆ, ਪਰ ਉਸ ਤੋਂ ਬਾਅਦ ਜਦੋਂ ਅਸੀਂ ਕੋਠੇ 'ਤੇ ਬੈਠੇ ਰਹੇ ਹਾਂ ਕੋਈ 4 ਵਜੇ ਤੱਕ, ਸਰ ਉਸ ਤੋਂ ਬਾਅਦ ਕੁਛ ਨਹੀਂ ਲੱਭਾ।